हेलो डॉक्टर साहब, हेलो डॉक्टर, डॉक्टर जी, हेलो हेलो डॉक्टर साहब, कितने हो? मैं आपा क्लीनिक किया जी। डॉक्टर साहब तुम्हारे को अद्धा घंटा हो गया बज दी है, तुम पता नहीं कितने मसरूफ हो। ओ कट, कॉल कट। डॉक्टर साहब। हाँ जी दसो की होया? ओहो ये की हो गया? डॉक्टर साहब बंदे का गला कट रहा सी, हाथ कन्ना कट गया। ओह नो, बंदे का गला कट रहा सी, ਤੁਸੀਂ ਕੋਈ ਹੋਰ ਕੰਮ ਕਰੋ, ਬੰਦੇ ਨਾਲ ਦੇ ਗਲੇ ਕੱਟਦੇ। ਡਾਕਟਰ ਸਾਹਿਬ ਮਿੰਟ ਮਾਰਿਓ, ਮੈਂ ਜਾ ਕੇ ਹੋਰ ਕੰਮ ਕਰਨੇ, ਜਾ ਕੇ ਬਾਹਾਂ ਕੱਟਣੀਆਂ ਜੀ, ਗਲੇ ਕੱਟਣੇ। ਦੇਖੋ ਗਲਤੀਆਂ ਬੰਦਿਆਂ ਕੋਈ ਹੁੰਦੀਆਂ, ਆਹ ਗਲੇ ਵੱਢਣ ਵਾਲਾ ਅਤੇ ਬਾਹਾਂ ਕੱਟਣ ਵਾਲਾ ਇਹ ਕੋਈ ਕੰਮ ਨਹੀਂ। ਕੋਈ ਕੰਮ ਕਰੋ, ਰੋਜ਼ੀ ਰੋਟੀ ਕਮਾਓ, ਇਹ ਕੋਈ ਕੰਮ ਨਹੀਂ ਹੈਗਾ। ਡਾਕਟਰ ਸਾਹਿਬ ਪੇਟ ਪੂਜਾ ਵਾਸਤੇ ਕਰਨਾ ਪੈਂਦਾ ਜੀ ਇਹ ਸਾਰਾ ਕੁਛ। ਪੇਟ ਪੂਜਾ ਵਾਸਤੇ ਤੁਸੀਂ ਕਰਦੇ ਕੀ ਹੋ? ਬਸ ਆਹ ਗਲੇ ਕੱਟੀ ਦੇ ਬੰਦੇ ਅਤੇ ਬਾਹਾਂ ਕੱਟੀ ਦੀਆਂ ਜੀ, ਪੱਟ ਵੀ ਕੱਟ ਲਈ ਦੇ ਜੀ। ਇਹ ਗਲੇ ਕੱਟ ਕੇ ਰੋਜ਼ੀ ਰੋਟੀ ਕਮਾਉਣੀ? ਹਾਂਜੀ। ਅਤੇ ਕੋਈ ਕੰਮ ਕਰੋ, ਗਲੇ ਕੱਟ ਕੇ ਕਿਹੜੀ ਰੋਜ਼ੀ ਰੋਟੀ ਹੁੰਦੀ ਸਾਹਿਬ? ਬਸ ਦਰਜੀਆਂ ਦਾ ਕੰਮ ਹੈ ਜੀ। ਹੈ ਉਹ ਤੂੰ ਦਰਜੀ ਆ? ਤੂੰ ਦਰਜੀ ਆ, ਮੈਨੂੰ ਐਵੇਂ ਉਹਨਾਂ ਦਾ ਗਤੀ ਗੇੜੇ ਪਾਇਆ ਤਾਂ ਮੈਂ ਜਾ ਕੇ ਡਾਕਟਰ ਸਾਹਿਬ ਮੈਂ ਜਾ ਕੇ ਬਾਹਰ ਨਿਕਲ। ਤੂੰ ਨਿਕਲ, ਤੂੰ ਨਿਕਲ, ਤੂੰ ਨਿਕਲ, ਚੱਲ। ਹਾਂਜੀ ਨੈਕਸਟ। ਸਲਾਮੁਅਲੈਕੁਮ ਡਾਕਟਰ। ਵਾਲੇਕੁਮ ਸਲਾਮ ਜੀ। ਹਾਂਜੀ ਤੁਹਾਨੂੰ ਕੀ ਮਸਲਾ? ਡਾਕਟਰ ਸਾਹਿਬ 8 ਦਿਨ ਹੋ ਗਏ ਤੁਹਾਡੇ ਕੋਲ ਰੋਜ਼ ਦਵਾਈ ਲੈ ਕੇ ਜਾਂਦੇ ਹਾਂ ਜੀ। ਅੱਛਾ। 50 ਦੀ ਰੋਜ਼ ਖਾਂਸੀ ਦੀ, ਕੋਈ ਫਰਕ ਨਹੀਂ ਪੈ ਰਿਹਾ ਜੀ। ਅੱਛਾ 50 ਦੀ ਲੈ ਕੇ ਜਾਂਦੇ ਦਵਾਈ, ਫਾਇਦਾ ਨਹੀਂ ਹੋ ਰਿਹਾ? ਫਾਇਦਾ ਨਹੀਂ ਹੋ ਰਿਹਾ। ਅੱਜ ਤੁਹਾਨੂੰ ਮੈਂ 40 ਦੀ ਦਵਾਈ ਦਊਂਗਾ, ਤੁਹਾਨੂੰ 10 ਰੁਪਏ ਦਾ ਫਾਇਦਾ ਹੋਏਗਾ। ਹੈ ਜੀ 10 ਰੁਪਏ ਦਾ ਫਾਇਦਾ ਹੋਏਗਾ। ਡਾਕਟਰ ਸਾਹਿਬ ਇੱਕ ਹੋਰ ਗੱਲ ਆ ਜੀ। ਹਾਂਜੀ ਡਾਕਟਰ ਸਾਹਿਬ, ਲੱਗੀ ਮੈਨੂੰ ਖੰਘ ਸੀ, ਤੁਸੀਂ ਪੇਚਿਸ ਲੱਗਣ ਦੀ ਦਵਾਈ ਕਿਉਂ ਦਿੱਤੀ ਜੀ? ਉਹ ਤਾਂ ਦਿੱਤੀ ਆ ਵੀ ਹੁਣ ਤੂੰ ਖੰਘਣ ਤੋਂ ਪਹਿਲੇ 100 ਵਾਰੀ ਸੋਚੇਗਾ ਵੀ ਖੰਘਣਾ ਕਿ ਨਹੀਂ। ਡਾਕਟਰ ਸਾਹਿਬ ਮੇਰੇ ਕੀੜਾ। ਕੀੜਾ ਵਾ? ਕਿੱਥੇ ਕੀੜਾ? ਡਾਕਟਰ ਸਾਹਿਬ ਦਾੜ ਚ ਜੀ। ਕੀੜਾ ਹੈ ਲੇਕਿਨ ਤੁਸੀਂ ਜਗ੍ਹਾ ਨਹੀਂ ਸਹੀ ਦੱਸ ਰਹੇ। ਨਹੀਂ ਨਹੀਂ ਡਾਕਟਰ ਸਾਹਿਬ ਤੁਸੀਂ, ਡਾਕਟਰ ਸਾਹਿਬ ਮੈਂ ਮਰੀਜ਼ ਬੰਦਾ, ਇਹ ਕੀੜਾ ਜੀ ਦਾੜ ਚ। ਅੱਛਾ ਦਾੜ ਚ ਕੀੜਾ, ਇਹਦਾ ਕੋਈ ਹੱਲ ਦੱਸੋ? ਹਾਂਜੀ ਇਹਦਾ ਹੱਲ ਹੈ, ਤੁਸੀਂ ਨਾ 8 ਦਿਨ ਕੋਈ ਸ਼ੈ ਨਹੀਂ ਖਾਣੀ ਹੈਗੀ। ਕਿਉਂ ਜੀ? ਹਾਂਜੀ ਜਦੋਂ ਕੀੜੇ ਨੂੰ ਕੋਈ ਖਾਣ ਨੂੰ ਨਾ ਲੱਭਿਆ ਉਹਨੇ ਆਪੇ ਮਰ ਜਾਣਾ। ਭੁੱਖ ਨਾ, ਭੁੱਖ ਨਾ ਸਰ, ਤੁਸੀਂ ਮੇਰਾ ਕਬਾੜਾ ਕਰਨ ਨੂੰ ਫਿਰਦੇ ਆ ਜੀ। ਨਹੀਂ ਨਹੀਂ ਜੀ, ਤੁਹਾਨੂੰ ਆਰਾਮ ਆਏਗਾ, ਤੁਹਾਡਾ ਕੀੜਾ ਮਰ ਜਾਏਗਾ, ਕੁਛ ਨਹੀਂ ਬਚਣਾ, ਐਨ ਸਹੀ ਹੋ ਜਾਣਾ ਤੁਸੀਂ। ਡਾਕਟਰ ਸਾਹਿਬ ਪੇਚਿਸ ਤਾਂ ਹੁਣ ਬੰਦ ਕਰ ਦਿਓ। ਪੇਚਿਸ? ਹਾਂ ਆਹ ਤੁਸੀਂ ਇਹ ਤੁਹਾਡੀ ਦਵਾਈ ਹੈ ਜੀ। ਡਾਕਟਰ ਸਾਹਿਬ ਇਹ ਕਿੱਦਾਂ ਖਾਣੀ ਹੈ? ਇਹ ਤੁਸੀਂ 5-6 ਸਿਰਪ ਲੈ ਲੈਣੇ, ਮੇਰੇ ਕੋਲ ਇੱਥੇ 1 ਹੀ ਪਿਆ ਵਾ ਫਿਰ। ਹਾਂਜੀ 6 ਜੀ। ਹਾਂਜੀ 5-6। ਇਹ ਤੁਹਾਨੂੰ ਪਹਿਲੀ ਦਵਾਈ ਨਾਲ ਨਹੀਂ ਨਾ ਫਰਕ ਪਿਆ ਹੈ? ਹਾਂਜੀ ਹਾਂਜੀ ਹਾਂਜੀ। ਇਹ ਤੁਸੀਂ ਲੈ ਜਾਣੇ ਆ, ਇਹ ਤੁਸੀਂ ਬਾਜ਼ਾਰੋਂ 5-6 ਸਿਰਪ ਹੋਰ ਲੈ ਲੈਣੇ ਇਸ ਨਾਮ ਦੇ, ਠੀਕ ਹੈ? ਕਿੰਨੇ ਚਮਚ ਤੋਂ ਬਾਅਦ? ਕਿੰਨੇ? ਹਾਂਜੀ ਚਮਚ ਨਹੀਂ ਖਾਣੇ, ਨਹੀਂ ਜੀ ਚਮਚ ਨਹੀਂ ਖਾਣੇ, ਤੁਸੀਂ ਨਾ ਨਾਲਕੇ ਲੈਣੇ, ਨਾਲਕੇ ਦੇ ਵਿੱਚ ਪਾ ਕੇ ਨਾ 2-3 ਸਿਰਪ ਐਂ ਡੋਲ ਕੇ, ਠੀਕ ਆ, ਉਹ ਐਂ ਕਰਕੇ ਖਾਣੇ, ਠੀਕ ਆ। ਤੋ ਉਮੀਦ ਆ ਤੁਹਾਨੂੰ ਸ਼ਾਮ ਤੱਕ ਐ ਤੁਸੀਂ ਮੇਂਗਣਾ ਕਰਨ ਲੱਗ ਪਾਓਗੇ। ਡਾਕਟਰ ਸਾਹਿਬ ਮੈਂ ਜਾਨਵਰ ਨਹੀਂ, ਬੰਦਾ ਮੇਰੀ ਪੁੱਛ ਕੀ ਪੁੱਛ ਕਿੱਥੇ ਵੇਖ ਲਈ ਜੀ ਤੁਸੀਂ? ਅੱਛਾ ਜੀ ਉਹਨੇ ਨਹੀਂ ਇਹ ਜਾਨਵਰਾਂ ਦੀ ਦਵਾਈ ਮੈਨੂੰ ਮੇਂਗਣਾ ਕੀ, ਮੈਂ ਸਮਝਿਆ ਨਹੀਂ ਜੀ। ਬੰਦੇ ਵਾਲਾ ਹਿਸਾਬ ਤੁਹਾਨੂੰ ਨਹੀਂ ਫਿੱਟ ਆ ਰਿਹਾ ਨਾ, ਦਵਾਈਆਂ ਦੇ ਦੇ ਕੇ ਦੇਖ ਲਈਆਂ। ਅੱਛਾ ਤੁਸੀਂ ਇਹ ਇਸਤੇਮਾਲ ਕਰੋ, ਐਨ ਐ ਟਨਾ ਟਨ ਹੋ ਜਾਓਗੇ। ਇਹ ਦਵਾਈ ਖਾਣੀ? ਹਾਂਜੀ ਦੂਸਰੀ ਖੁਰਾਕ ਦੀ ਲੋੜ ਨਹੀਂ। ਹਾਂ ਨਹੀਂ ਨਹੀਂ ਬਸ 2-3 ਨਾਲ ਕੇ ਲੈਣੇ ਪੈਣੇ ਬਸ। ਤੇ ਡਾਕਟਰ ਸਾਹਿਬ ਇਹ ਕੁਝ ਜ਼ਿਆਦਾ ਹੀ ਨਹੀਂ ਮੇਂਗਣਾ? ਨਹੀਂ ਨਹੀਂ ਮੇਂ, ਦੇਖੋ ਜੀ ਆਪਾਂ ਨੂੰ ਪਹਿਲੇ ਫਰਕ ਨਹੀਂ ਪਿਆ, ਹੁਣ ਸਿੰਘ ਦੇਖ ਲਿਆ ਡਾਕਟਰ ਸਾਹਿਬ ਤੁਸੀਂ ਜਿਹੜਾ ਮੇਂਗਣਾ ਕਹੀ ਜਾ ਰਹੇ ਹੋ। ਨਹੀਂ ਜੀ ਸਿੰਘ ਤਾਂ ਨਹੀਂ, ਬੰਦੇ ਵੀ ਕੋਈ ਹੁੰਦੇ ਹੀ ਆ ਨਾ ਜੀ। ਨਹੀਂ ਡਾਕਟਰ ਸਾਹਿਬ ਇਹ ਦਵਾਈ ਤੁਸੀਂ ਕੋਈ, ਮੈਨੂੰ ਕੋਈ ਗੋਲੀਆਂ ਦੇ ਦਿਓ, ਕੋਈ ਟੀਕਾ ਲਾ ਦਿਓ। ਨਹੀਂ ਨਹੀਂ ਮੈਨੂੰ ਮੋਕਾ ਵੀ ਤਾਂ ਲੱਗੀਆਂ, ਜਲਾਬ ਲੱਗੇ ਆ। ਗੋਲੀਆਂ ਨਾਲ ਤੁਹਾਨੂੰ ਫਰਕ ਨਹੀਂ ਪੈਣਾ ਹੈਗਾ, ਤੁਸੀਂ ਇਹ ਦਵਾਈ ਖਾਓ, ਠੀਕ ਆ। ਅੱਲਾ ਦੀ ਮਿਹਰਬਾਨੀ ਨਾਲ ਸ਼ਾਮ ਤੱਕ ਤੁਸੀਂ ਇਹ ਮੰਗਣਾ, ਇਹ ਜਿਵੇਂ ਊੜ ਦੀ ਨਹੀਂ ਮੰਗਣੂਗੀ। ਹਾਂਜੀ ਡਾਕਟਰ ਸਾਹਿਬ ਇਹ ਹੁਣ ਤੁਸੀਂ ਜਿਹੜਾ ਗੱਲ ਵਧਾ ਰਹੇ ਆ। ਨਹੀਂ ਜੀ ਤੁਸੀਂ ਸਾਡੇ ਹੈਗੇ ਮਰੀਜ਼, ਅਸੀਂ